ਖਬਰਾਂ ਦੇ ਇਸ ਮੁਲਤਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਸੀਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਉਸ ਘਟਨਾ ਦੇ ਨਾਲ ਜਿਸ ਨੇ ਪੂਰੇ ਮੁਲਕ ਨੂੰ ਇੱਕ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ ਯੂਪੀ ਦੇ ਪ੍ਰਿਆਗਰਾਜ ਵਿੱਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦਾ ਪੁਲਿਸ ਕਸਟਡੀ ਵਿੱਚ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਸਾਰਾ ਮੁਲਕ ਹੈਰਾਨ ਹੋ ਕੇ ਦੇਖ ਰਿਹਾ ਹੈ ਫਿਲਹਾਲ ਸੂਬਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਹਨਾਂ ਦੇ ਮੁਤਾਬਕ ਹਮਲਾਵਰ ਪੱਤਰਕਾਰ ਬਣ ਕੇ ਆਏ ਸਨ ਤੇ ਤਿੰਨਾਂ ਮੁਹਮਲਾਵਰਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸੇ ਘਟਨਾਕ੍ਰਮ ਦੇ ਚੱਲਦੇ ਇੱਕੋ ਵੇਲੇ ਹੋਏ ਇਹਨਾਂ ਦੋਹਾਂ ਕਤਲਾਂ ਵਿੱਚ ਲਾਪਰਵਾਹੀ ਦੇ ਦੋਸ਼ ਏਟ ਯੂਪੀ ਪੁਲਿਸ ਦੇ 17 ਪੁਲਿਸ ਮੁਲਾਜ਼ਮਾਨ ਨੂੰ ਮੌਤਲ ਕੀਤਾ ਗਿਆ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤੀਆਨਾਥ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਉੱਚ ਪਦਰੀ ਬੈਠਕ ਕੀਤੀ ਹੈ ਤੇ ਮਾਮਲੇ ਦੀ ਗੰਭੀਰ ਜਾਂਚ ਦੇ ਹੁਕਮ ਜੜੇ ਆ ਉਹ ਜਾਰੀ ਕੀਤੇ ਨੇ ਘਟਨਾ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਨਿਆਇਕ ਕਮਿਸ਼ਨ ਦਾ ਵੀ ਗਠਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੇ ਕਤਲ ਤੋਂ ਬਾਅਦ ਯੂਪੀ ਵਿੱਚ ਧਾਰਾ 144 ਜਿਹੜੀ ਹੈ ਉਹ ਲੱਗ ਗਈ ਹੈ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਹੋਰ ਵੀ ਸਖਤ ਜਿਹੜੇ ਆ ਉਹ ਕਰ ਦਿੱਤੇ ਗਏ ਨੇ ਸਾਰੇ ਯੂਪੀ ਦੇ ਵਿੱਚ ਹਾਈ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਇੰਟਰਨੈਟ ਜਿਹੜਾ ਆ ਉਹ ਪ੍ਰਿਆਗਰਾਜ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਗੱਲ ਕਰਦੇ ਹਾਂ ਦੇਸ਼ ਦੀ ਰਾਜਧਾਨੀ ਦੀ ਤਾਂ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਦੀ ਸੀਬੀਆਈ ਅੱਗੇ ਪੇਸ਼ੀ ਨੂੰ ਲੈ ਕੇ ਅੱਜ ਦਿੱਲੀ ਵਿੱਚ ਮਾਹੌਲ ਗਰਮਾਇਆ ਹੋਇਆ ਹੈ ਤੇ ਪੁੱਛ ਜਿਹੜੀ ਹੈ ਹਾਲੇ ਤੱਕ ਜਾਰੀ ਹੈ ਪੇਸ਼ੀ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਰਾਗਵ ਚੱਡਾ ਵੀ ਉਹਨਾਂ ਦੇ ਨਾਲ ਦਿਖੇ ਆਪਣੇ ਲੀਡਰ ਦਾ ਸਾਥ ਦੇਣ ਲਈ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਨੇ ਵੀ ਦਿੱਲੀ ਵੱਲ ਨੂੰ ਚਾਲੇ ਪਾਏ ਸੀ ਪਰ ਉਹਨਾਂ ਨੂੰ ਦਿੱਲੀ ਪੁਲਿਸ ਵੱਲੋਂ ਸਿੰਗੂ ਬਾਰਡਰ ਤੇ ਹੀ ਰੋਕਿਆ ਗਿਆ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਤੇ ਇਹ ਰੋਜ਼ ਪ੍ਰਗਟਾਇਆ ਹੈ ਕਿ ਦੇਸ਼ ਦੀ ਰਾਜਧਾਨੀ ਵਿੱਚ ਉਹਨਾਂ ਨੂੰ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਦਿੱਲੀ ਪੁਲਿਸ ਵੱਲੋਂ ਆਪਣੀ ਕਾਰ ਨੂੰ ਰੋਕ ਕੇ ਜਾਣ ਦਾ ਇਲਜ਼ਾਮ ਵੀ ਉਹਨਾਂ ਲਗਾਇਆ ਹੈ ਇਸ ਤੋਂ ਇਲਾਵਾ ਕਈ ਪੰਜਾਬ ਦੇ ਕੈਬਨਟ ਮੰਤਰੀਆਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਕੈਬਨਟ ਮੰਤਰੀ ਬ੍ਰਹਮਸ਼ੰਕਰ ਜੇਮਪਾਰੋ ਪੜ੍ਹ ਹਲਕੇ ਤੋਂ ਵਿਧਾਇਕ ਦਿਨੇਸ਼ ਚੱਡਾ ਵਿਦਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਿਦਾਇਕ ਕੁਲਦੀਪ ਰੰਧਾਵਾ ਸ਼ਾਮਲ ਨੇ ਡਾਕਟਰ ਬਲਵੀਰ ਸਿੰਘ ਨੇ ਆਪਣੇ ਟਵਿੱਟਰ ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਕਿ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਜਾ ਰਹੇ ਵਿਧਾਇਕਾਂ ਮੰਤਰੀਆਂ ਵਲੰਟੀਅਰਾਂ ਨੂੰ ਰੋਕਿਆ ਗਿਆ ਹੈ ਤੇ ਗੈਰਕਾਨੂੰਨੀ ਤੌਰ ਤੇ ਨਜ਼ਰਬੰਦ ਜੜਾ ਹੈ ਉਹ ਕੀਤਾ ਗਿਆ ਹੈ ਪੁਲਿਸ ਵੱਲੋਂ ਨਿհੱਥੇ ਸ਼ਾਂਤਮਈ ਲੋਕਾਂ 'ਤੇ ਬੇਰਹਿਮੀ ਦਾ ਲਾਠੀ ਚਾਰਜ ਕੀਤੇ ਜਾਣ ਦੀ ਗੱਲ ਵੀ ਜਿਹੜੀ ਆ ਉਹਨਾਂ ਕੀਤੀ ਹੈ ਤੇ ਕਿਹਾ ਹੈ ਕਿ ਇਸ ਦੌਰਾਨ ਇੱਕ ਜ਼ਖਮੀ ਦੀ ਜਾਨ ਬਚਾਉਣ ਦੇ ਲਈ ਸੀਪੀਆਰ ਤੱਕ ਦੇਣਾ ਪਿਆ ਹੈ ਡਾਕਟਰ ਬਲਵੀਰ ਸਿੰਘ ਨੇ ਇਸ ਨੂੰ ਮੋਦੀ ਹਕੂਮਤ ਦਾ ਆਵਾਜ਼ ਕੁਚਲਣ ਦੇ ਲਈ ਵੈਸ਼ਿਆਨਾ ਹਮਲਾ ਜਿਹੜਾ ਹੈ ਉਹ ਕਰਾਰ ਦਿੰਦਾ ਹੈ ਸਿਰਫ ਦਿੱਲੀ ਹੀ ਨਹੀਂ ਰੋਜ਼ ਪ੍ਰਦਰਸ਼ਨ ਪੰਜਾਬ ਦੇ ਵਿੱਚ ਵੀ ਹੋ ਰਹੇ ਨੇ ਅਮ੍ਰਿਤਸਰ ਵਿੱਚ ਵੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਪ੍ਰਧਾਨ ਅਰਵਿੰਦ ਕੇਜੀਵਾਲ ਦੀ ਸੀਬੀਆਈ ਅੱਗੇ ਪੇਸ਼ੀ ਨੂੰ ਲੈ ਕੇ ਆਪ ਵਰਕਰ ਸੜਕਾਂ ਤੇ ਉਤਰੇ ਹਨ ਆਪ ਸੁਪਨੀ ਮੋ ਅਰਵਿੰਦ ਕੇਜੀਵਾਲ ਦੀ ਸੀਬੀਆਈ ਅੱਗੇ ਪੇਸ਼ੀ ਦੇ ਦੌਰਾਨ ਦਿੱਲੀ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੇ ਦਾਵਾ ਕੀਤਾ ਹੈ ਕਿ ਉਹ ਗ੍ਰਿਫਤਾਰੀ ਤੋਂ ਡੰਣ ਵਾਲੇ ਨਹੀਂ ਨੇ ਆਪ ਨੂੰ ਇਮਾਨਦਾਰ ਪਾਰਟੀ ਉਹਨਾਂ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਪਾਰਟੀ ਨੇ ਪਾਸਪਾ ਨੂੰ ਲਗਾਤਾਰ ਹਰਾਇਆ ਹੈ ਤੇ ਇਸ ਤੋਂ ਮੰਗਰੋਂ ਪੰਜਾਬ ਵਿੱਚ ਵੀ ਪਾਰੀ ਬਹੁਮਤ ਜਿਹੜਾ ਹੈ ਉਹ ਹਾਸਲ ਕੀਤਾ ਹੈ ਉਨਾ ਕਿਹਾ ਹੈ ਕਿ ਇਸ ਪਾਰਟੀ ਨੇ ਪਾਰਦਰਸ਼ੀ ਢੰਗ ਨਾਲ ਆਪਣਾ ਕੰਮ ਕੀਤਾ ਹੈ ਜਿਸ ਦੀ ਗਵਾਹੀ ਦਿੱਲੀ ਵਿੱਚ ਹੋਏ ਵਿਕਾਸ ਦੇ ਕੰਮ ਆਪ ਪਰ ਰਹੇ ਨੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਰੋਕ ਕੇ ਜਾਣ ਸੰਬੰਧੀ ਸਵਾਲ ਤੇ ਮੁੱਖ ਮੰਤਰੀ ਮਾਨ ਨੇ ਇਸ ਨੂੰ ਭਾਜਪਾ ਦਾ ਡਰ ਕਰਾਰ ਦਿੰਦਾ ਹੈ ਤੇ ਕਿਹਾ ਹੈ ਕਿ ਆਪ ਦੇ ਵਲੰਟੀਅਰ ਆਮ ਲੋਕ ਹਨ ਇਹਨਾਂ ਵਾਂਗੂ ਦਿਹਾੜੀਆਂ ਤੇ ਨਹੀਂ ਆਉਂਦੇ ਉਹਨਾਂ ਕਿਹਾ ਹੈ ਕਿ ਅਸੀਂ ਸਾਰੇ ਚਟਾਨ ਵਾਂਗੂ ਅਰਵਿੰਦ ਕੇਜੀਵਾਲ ਦੇ ਨਾਲ ਖੜੇ ਹਾਂ ਆਪ ਇੱਕ ਲਹਿਰ ਦਾ ਨਾਂ ਹੈ ਦਿੱਲੀ ਪੁਲਿਸ ਦਾ ਜ਼ਬਰ ਵੀ ਇਸ ਲਹਿਰ ਨੂੰ ਨਹੀਂ ਰੋਕ ਸਕਦਾ ਤਾਂ ساری ਪੂਰੀ ਮਾਰੀ ਟੀਮ ਖੜੀ ਹੈ ਜੋ ਵੀ ਫੈਸਲਾ ਕਰਨਗੇ ਅਸੀਂ ਇਹੀ ਪੇ ਅਰਵਿੰਦ ਜੀ ਕੇ ਸਾਥ ਚਟਾਨ की तरह उनकी तरह खड़े हैं, उनकी आवाज को दबा नहीं सकते ये और जितना दबाने की कोशिश करेंगे जितना दबाने की कोशिश करेंगे उतना आवाज और जोर से उठे फिलहाल दिल्ली में सीबीआई दफ्तर के बाहर आप लीडर और वॉलंटियर ने डेरे लाए हुए ने ते ओ सारे केजरीवाल तो सीबीआई दी पूछताछ दा ਵਿਰੋਧ ਕਰ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਾਲ ਦੀਆਂ ਮੁਸ਼ਕਲਾਂ ਵਿੱਚ ਕਮੀ ਹੁੰਦੀ ਫਿਲਹਾਲ ਨਜ਼ਰ ਨਹੀਂ ਆ ਰਹੀ ਹੈ ਅੱਜ ਜਿੱਥੇ ਸੀਬੀਆਈ ਅੱਗੇ ਉਹਨਾਂ ਦੀ ਪੇਸ਼ੀ ਹੈ ਤੇ ਉੱਥੇ ਹੀ ਉਹਨਾਂ ਦੇ ਨਾਂ ਤੇ ਇੱਕ ਹੋਰ ਸਮਨ ਜੜਾ ਹੈ ਉਹ ਜਾਰੀ ਹੋ ਗਿਆ ਹੈ ਗੁਜਰਾਤ ਦੇ ਅਹਮਦਾਬਾਦ ਦੀ ਇੱਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਾਲ ਅਤੇ ਆਮ ਵਿਧਾਇਕ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦਿਅਕ ਡਿਗਰੀ ਨੂੰ ਲੈ ਕੇ ਗੁਜਰਾਤ ਯੂਨੀਵਰਸਿਟੀ ਦੇ ਵਿਰੁੱਧ ਕਥਿਤ ਵਿਅੰਗਕਰਨ ਅਤੇ ਬਿਆਨ ਦੇਣ ਲਈ ਅਪਰਾਧਿਕ ਮਾਨਹਾਨੀ ਦੀ ਸ਼ਿਕਾਇਤ ਵਿੱਚ ਸਮਨ ਜਾਰੀ ਕੀਤੇ ਹਨ ਅਦਾਲਤ ਨੇ ਦੋਵਾਂ ਆਪ ਆਗੂਆਂ ਨੂੰ 23 ਮਈ ਨੂੰ ਤਲਬ ਕੀਤਾ ਹੈ ਗੁਜਰਾਤ ਯੂਨੀਵਰਸਿਟੀ ਰਜਿਸਟਰਾਰ ਪਿਊਸ਼ ਪਟੇਲ ਦੀ ਸ਼ਿਕਾਇਤ ਦੇ ਤਹਿਤ ਕੇਸ ਜਿਹੜਾ ਹੈ ਉਹ ਦਰਜ ਹੋਇਆ ਹੈ ਤੇ ਹੁਣ ਜਰਾ ਗੱਲ ਕਰਦੇ ਹਾਂ ਜੀ ਅੰਤਰਰਾਸ਼ਟਰੀ ਖਬਰਾਂ ਦੀ ਤਾਂ ਅਮਰੀਕਾ ਦੇ ਗੁਆਂਡੀ ਮੁਲਕ ਮੈਕਸੀਕੋ ਤੋਂ ਇੱਕ ਬਹੁਤ ਪੂਰੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਸੈਂਟਰਲ ਮੈਕਸੀਕੋ ਦੇ ਵਾਟਰ پارک ਵਿੱਚ ਬੰਦੂਕਧਾਰੀਆਂ ਨੇ ਅਨਿਵਾ ਗੋਲੀਬਾਰੀ ਕੀਤੀ ਹੈ ਤੇ ਇੱਕ 7 ਸਾਲ ਦਾ ਬੱਚਾ ਅਤੇ 7 ਲੋਕਾਂ ਦੀ ਜਿਹੜੀ ਮੌਤ ਹੈ ਉਹ ਹੋ ਗਈ ਹੈ। ਇਸ ਤੋਂ ਇਲਾਵਾ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ ਜਿਸ ਦੀ ਹਾਲਤ ਨੂੰ ਨਾਜ਼ੁਕ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਦੇ ਸਾਰ ਹੀ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਹੈ। ਸਮਾਚਾਰ ਏਜੰਸੀ ਏਪੀ ਦੇ ਅਨੁਸਾਰ ਹਮਲਾ ਗੁਆਨਾਜ਼ੁਆਟੋ ਸੂਬੇ ਦੇ ਕੋਟਾਜ਼ਾਰ ਸ਼ਹਿਰ ਦੇ ਇੱਕ ਰਿਜ਼ੋਰਟ ਵਿੱਚ ਹੋਇਆ ਹੈ ਕਈ ਲੋਕ ਇੱਥੇ ਛੁੱਟੀਆਂ ਬਣਾਉਣ ਆਏ ਹੋਏ ਸੀ ਤੇ ਅਚਾਨਕ ਹਮਲਾਵਰ ਰਿਜ਼ੋਰਟ ਦੇ ਵਾਟਰ پارک ਵਿੱਚ ਦਾਖਲ ਹੋਏ ਤੇ ਗੋਲੀਬਾਰੀ ਜਿਹੜੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਘਟਨਾ ਸਥਾਨ ਤੇ ਤਿੰਨ ਔਰਤਾਂ, ਤਿੰਨ ਪੁਰਸ਼ਾਂ ਅਤੇ ਇੱਕ ਬੱਚੇ ਦੀਆਂ ਲਾਸ਼ਾਂ ਜੜੀਆਂ ਨੇ ਉਹ ਮਿਲੀਆਂ ਨੇ ਤੇ ਹਮਲੇ 'ਚ ਇੱਕ ਵਿਅਕਤੀ ਜਿਹੜਾ ਜ਼ਖਮੀ ਹੋਇਆ ਹੈ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਹਮਲਾਵਰ ਜੜੇ ਆ ਫੜੇ ਨਹੀਂ ਗਏ ਹਨ। ਹਮਲੇ ਦਾ ਕਾਰਨ ਜੜਾ ਆ ਉਹ ਵੀ ਸਾਹਮਣੇ ਨਹੀਂ ਆਇਆ ਹੈ। ਪੁਲਿਸ ਜੜੀਆਂ ਮਾਮਲੇ ਦੀ ਜਾਂਚ ਕਰ ਰਹੀ ਹੈ। ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।